दोस्तों वन सवन्ने खाने खाण दे नाल नाल सानू अपनी सेहत दी संभाल रखनी भी बहुत जरूरी है। बाकी दे काम बाद च, पहला सेहत जरूरी है। ते चलो बेबे जी नू पुछदे आ कोई नुस्खा। सत श्री अकाल बेबे जी, की हाल है तुहाडा? ते तुसी कोई अज इहो जिहा नुस्खा दसो जिहदे नाल अपना कोई फायदा होवे, सेहत नू फायदा होवे। किलो मूंगी लै के उहनू पीस लैणी है, पीस के ते घिओ गर्म करके किलो ते उहदे विच पा लैणी है, ਅਤੇ ਉਹਦੇ ਵਿੱਚ ਭੁੰਨ ਲੈਣੀ ਆ ਉਹਨੂੰ, ਭੁੰਨ ਕੇ ਅਤੇ ਉਹਦੀ ਪੰਜੀਰੀ ਬਣਾ ਲੈਣੀ ਆ, ਪੰਜੀਰੀ ਬਣਾ ਕੇ ਅਤੇ ਉਨਾ ਹੀ ਸਮਝ ਲਿਆ ਵਿੱਚ ਮਿੱਠਾ ਪਾ ਲੈਣਾ ਕਿੱਲੋ ਹੀ ਪਾ ਕੇ, ਅਤੇ ਉਹਨੂੰ ਭਾਂਡੇ ਦੇ ਵਿੱਚ ਪਾ ਲੈਣੀ ਹੈ, ਭਾਂਡੇ ਦੇ ਵਿੱਚ ਪਾ ਕੇ ਅਤੇ ਉਹਨੂੰ ਸੁਬਹਾ ਸ਼ਾਮ ਜਿਹੜੀ ਇੰਨੀ ਖਾ ਲੈਣੀ ਹੈਗੀ, ਇੰਨੀ ਖਾ ਕੇ ਅਤੇ ਉਹਨੂੰ ਇੱਕ ਦੁੱਧ ਦਾ ਗਲਾਸ ਪੀ ਲੈਣਾ। ਜਿਹੜੀ ਸਿਰ ਦੀ ਪੀੜ ਹੈ, ਅੱਧ ਸਿਰ ਦੁਖਦਾ ਅਤੇ ਉਹ ਪੀੜ ਹਟ ਜਾਣੀ ਹੈ, ਅਤੇ ਦੂਜੇ ਸਿਰੇ ਫਿਰ ਨਿਗਾਹ ਜਿਹਦੀ ਕਮਜ਼ੋਰ ਹੈ ਉਹਨੂੰ ਤਾਕਤ ਦੇਣੀ ਹੈ। ਅੱਛਾ ਜੀ, ਕਮਜ਼ੋਰ ਜਿਹੀ ਨਿਗਾਹ ਉਹ ਠੀਕ ਹੋ ਜਾਏਗੀ। ਹਾਂਜੀ, ਉਹ ਤਾਕਤ ਦੇਣੀ ਹੈ। ਠੀਕ ਹੈ, ਧੰਨਵਾਦ ਬੇਬੇ ਜੀ। ਅਤੇ ਦੋਸਤੋ, ਤੁਸੀਂ ਦੇਖਿਆ ਕਿ ਦੇਸੀ ਨੁਸਖੇ ਅੱਜ ਵੀ ਕਿੰਨੇ ਕਾਰਗਰ ਨੇ। ਤੁਸੀਂ ਵੀ ਅਪਣਾਓ ਦੇਸੀ ਨੁਸਖੇ ਅਤੇ ਆਪਣੀਆਂ ਬਿਮਾਰੀਆਂ ਨੂੰ ਦੂਰ ਭਜਾਓ। ਚੈਨਲ ਪੰਜਾਬ, ਸ਼ਾਨ ਪੰਜਾਬ ਦੀ।